हेलो गाइस, एआरबी ब्लॉग में आपका दोबारा से स्वागत है। आज हम आए हैं प्रीत ढाबा एंड फास्ट फूड में। आज यहाँ का इनका फूड का रिव्यू करेंगे। आउट ऑफ द एक्सप्लोर प्रीत फास्ट फूड ढाबा के ऑनर से आपकी बात करवाते हैं। आओ चलिए। सतश्रीकाल भाजी। बढ़िया जी, बढ़िया। ਬਾਕੀ ਨੈਕਸਟ ਰੋਲ ਹੁੰਦੀ ਹੈ ਵਿੱਚ ਬਣੇ ਨਾਲ ਇਹਨਾਂ ਦੇ ਬਰਗਰ ਵਗੈਰਾ ਆ ਗਏ ਇੱਧਰ ਅਤੇ ਇੱਧਰ ਚਾਂਪ ਵਗੈਰਾ ਸੋਇਆ ਚਾਂਪ ਦਾ ਲੱਗਿਆ ਬਾਹਰ। ਤੁਹਾਡੇ ਕੋਲ ਹੋਮ ਡਿਲੀਵਰੀ ਦੀ ਵੀ ਸਰਵਿਸ ਹੈਗੀ ਹੈ? ਹਾਂਜੀ ਹਾਂਜੀ, 500 ਰੁਪਏ ਦਾ ਫ੍ਰੀ ਹੋਮ ਡਿਲੀਵਰੀ, 500 ਦਾ 500 ਦਾ ਉੱਤੇ ਮੈਂ ਹਾਂਜੀ ਮੈਕਸਿਮਮ ਇਹਨਾਂ ਉਹਦਾ ਹੋ ਜਾਂਦਾ। ਅੱਛਾ ਜੀ, ਘਰੇ ਹੋਮ ਡਿਲੀਵਰੀ ਕਰਾਉਂਦੇ ਨਾ ਬੰਦੇ ਮੰਗਾਉਂਦੇ ਆ। ਕਿੰਨੇ ਕਿਲੋਮੀਟਰ ਕੋਈ ਫ੍ਰੀ ਡਿਲੀਵਰੀ ਕਰਦਾ? ਜਿਵੇਂ ਤੋਂ ਹੈਗਾ 3 ਕਿਲੋਮੀਟਰ ਦਾ ਹੀ ਆ। 3 ਕਿਲੋਮੀਟਰ ਕਵਰ ਕਰਦੇ ਹੋ? ਜੇ ਮੰਨ ਲਓ ਕੋਈ ਵੀਡੀਓ ਦੇਖ ਕੇ ਜ਼ਿਆਦਾ ਦੂਰ ਤੋਂ ਆਰਡਰ ਕਰਦੇ? ਉਹ ਰਿਕਾਰਡਿੰਗ ਹੁੰਦਾ ਫਿਰ ਉਹਦਾ ਅਲੱਗ ਚਾਰਜਸ ਲੱਗ ਜਾਂਦੇ ਆ। ਅੱਛਾ, ਜਿਵੇਂ ਹੁਣ ਜੇ 1000 ਰੁਪਏ ਦਾ ਆਰਡਰ 1200 ਦਾ 2000 ਦਾ ਆਰਡਰ ਫਿਰ ਕੋਈ ਚਾਰਜਸ ਨਹੀਂ ਜੀ। ਅੱਛਾ ਜੀ, ਹਾਂਜੀ ਹਾਂਜੀ। ਫਿਰ ਅਸੀਂ ਜਿਵੇਂ ਗਿੱਲ ਚੌਂਕ ਅੱਗੇ ਆ ਸਮਰਾਲਾ ਚੌਂਕ, ਉਧਰ ਭੇਜ ਦਿੰਦੇ ਹੁੰਦੇ ਆ। ਅੱਛਾ, ਸਮਰਾਲਾ ਚੌਂਕ ਤੱਕ ਕੋਈ ਡਿਲੀਵਰ ਕਰ ਦਿੰਦੇ। ਠੀਕ ਹੈ ਜੀ। ਬਾਕੀ ਕਸਟਮਰ ਨੂੰ ਪਤਾ ਹੁੰਦਾ ਵਾ ਵੀ ਕਿੰਨਾ ਆਰਡਰ ਕਰਨਾ ਉਹਨਾਂ ਨੇ ਹੋਮ ਡਿਲੀਵਰੀ ਲਈ। ਇੱਧਰ ਚਾਂਪ ਵਗੈਰਾ ਨੇ। ਅੱਛਾ, ਚਾਂਪ ਦਾ ਵੀ ਹੈ ਚਿਕਨ ਵਾਲੇ ਨਾਲ? ਅੱਛਾ ਜੀ, ਇਹਨਾਂ ਸਲਾਈਆਂ ਵੀ ਅਲੱਗ-ਅਲੱਗ ਖੜੀਆਂ। ਅੱਛਾ, ਸਲਾਈਆਂ ਦਾ ਕੀ ਫਰਕ ਹੁੰਦਾ? ਜਿਵੇਂ ਸੋਇਆ ਚਾਪ ਦੀ ਜਿਹੜੀ ਸਲਾਈ ਪਤਲੀ ਆ, ਹਾਂਜੀ, ਨੌਨ ਵੈਜ ਵਾਲੀਆਂ ਮੋਟੀਆਂ ਸਲਾਈਆਂ ਨੇ। ਅੱਛਾ, ਤੇ ਕਈ ਤਾਂ ਇੱਕੋ ਸਲਾਈ ਚ ਬਣਾਈ ਜਾਂਦੇ ਆ? ਨਹੀਂ, ਲੋਕ ਕਰੀ ਜਾਂਦੇ ਉਹ ਆਪਾਂ ਨੂੰ ਪਤਾ, ਆਪਾਂ ਦਾ ਸਾਡਾ ਸਾਰਾ ਰੱਖਦਾ ਸਾਹਮਣੇ ਬਣਾਈ ਦਾ ਸਭ ਸਮਾਨ। ਅੱਛਾ, ਸਭ ਦੇ ਸਾਹਮਣੇ ਆ। ਠੀਕ ਠੀਕ ਜੀ, ਸਾਰਾ ਸਾਹਮਣੇ ਹੀ ਆ ਸਮਾਨ ਬਣਦਾ। ਇਹ ਚਿਕਨ ਦੀ ਸਲਾਈਆਂ ਮੋਟੀਆਂ ਨੇ। ਅੱਛਾ ਜੀ, ਚਾਪ ਦੀ ਸਲਾਈਆਂ ਪਤਲੀਆਂ ਨੇ, ਮਿਕਸ ਨਹੀਂ ਹੁੰਦਾ ਫਿਰ ਆਪਸ ਵਿੱਚ ਜੈਪੁਰੀ ਚਾਪ। ਸਾਡੇ ਇਹਦੇ ਵਿੱਚ ਜੈਪੁਰੀ ਚਿਕਨ, ਜੈਪੁਰੀ ਚਾਪ ਦਾ ਸਪੈਸ਼ਲ ਆ। ਅੱਛਾ, ਇਹ ਹੁਣ ਚਾਪ ਬਣਾ ਰਹੇ ਆ? ਹਾਂਜੀ ਹਾਂਜੀ। ਅੱਛਾ, ਇਹ ਕਿਹੜੀ ਚਾਪ ਹੈ? ਇਹ ਵੀ ਦੱਸਦਾ ਤੁਹਾਨੂੰ, ਵੈਜ ਦਾ ਸਾਡਾ ਅਲੱਗ ਹੈ ਚੌਪਿੰਗ ਬੋਰਡ, ਨੌਨ ਵੈਜ ਦਾ ਅਲੱਗ। ਅੱਛਾ ਜੀ, ਇਹ ਵੈਜ ਦਾ ਨਾ ਰੈੱਡ ਕਲਰ ਦਾ, ਉਹ ਨੌਨ ਵੈਜ ਦਾ ਚੌਪਿੰਗ ਬੋਰਡ। ਇਹਦਾ ਪ੍ਰਾਈਸ ਕੀ ਹੈ ਜੈਪੁਰੀ ਦਾ? ਇਹ ਸਾਡੀ 220 ਰੁਪਏ ਦੀ ਹੈ ਫੁੱਲ ਪਲੇਟ। ਫੁੱਲ ਪਲੇਟ 120 ਰੁਪਏ ਦੀ ਹਾਫ ਪਲੇਟ। ਅੱਛਾ, ਹਾਂਜੀ। ਤੇ ਇਹ ਚ ਖਾਸ ਕੀ ਹੈ ਜਿਹੜੀ ਬਾਕੀਆਂ ਨਾਲੋਂ ਵੱਖਰੀ ਹੈ? ਇਹ ਹਲਕੀ ਸਪਾਈਸੀ ਤੇ ਹਲਕੀ ਚਟਪਟੀ ਟੇਸਟ ਉਹਦੇ ਵਿੱਚ ਪਾਪੜ ਪੈ ਦੇ ਰਹੇ। ਇਹ ਜੈਪੁਰੀ ਚਾਪ, ਇਹਦੇ ਸਾਰੇ ਮਸਾਲੇ ਸੀ ਆਪ ਬਣਾਉਣੇ ਆ। ਕਦੇ ਆਪਣੀ ਸੌਸ ਵਗੈਰਾ ਹੁੰਦੀ ਇਹਨਾਂ ਦੀ। ਮਤਲਬ ਬਾਹਰ ਦਾ ਕੋਈ ਮਸਾਲਾ ਨਹੀਂ ਪਾਉਂਦੇ ਤੁਸੀਂ? ਘਰ ਦੇ ਮਸਾਲੇ ਸਾਰੇ ਪਾਉਂਦੇ ਹੋ? ਹਾਂਜੀ ਹਾਂਜੀ। ਜੈਪੁਰੀ ਚਾਪ ਸਿਰਫ ਤੁਹਾਡੇ ਕੋਲ ਹੀ ਮਿਲਦੀ ਹੈ ਲੁਧਿਆਣੇ? ਸਪੈਸ਼ਲ ਚਾਪ ਬਣਾਈ ਹੈ, ਇਸਕਾ ਰਿਵਿਊ ਕਰੇਂਗੇ ਮੈਂ ਔਰ ਅਰਸ਼ ਖਾ ਕੇ। ਅਰਸ਼ ਕਰੋ ਟੇਸਟ, ਦੇਖੋ ਕੈਸਾ। ਮੈਨੇ ਤਾਂ ਗਾਈਜ਼ ਆਲਰੇਡੀ ਖਾ ਲਈ ਹੈ ਔਰ ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ ਹੈ। ਮੈਂ ਰਿਵਿਊ ਕੇ ਲਈ ਵੇਟ ਨਹੀਂ ਕਰ ਪਾ ਰਹੀ। जल्दी जल्दी करो, जल्दी ना, मैंने मसाला उठा लेना, वेट नहीं हो रही। वेट नहीं हो रही, जल्दी जल्दी खाली कर ले। हाँ, जो तो टेस्ट है ना भाई, मैं 15 मिनट में खाली कर दूंगी। अभी मैं टेस्ट करने लगा हूँ भाई।
बता रहा हूँ आपको कैसा टेस्ट है। मेरी तरफ से तो पूरा गुड है। बहुत ही सॉफ्ट कर देते हैं यार। मैं तो साथ में ना बहुत जगह जाम हमने खाई है, लेकिन ये टेस्ट बिल्कुल डिफरेंट है, थोड़ा सा स्पाइसी भी है। टेस्ट डिफरेंट है, लुक वाइज भी बहुत डिफरेंट है। मैं तो साथ में ना ये खा रही हूं। अभी इनकी चटनी भी ट्राई करते हैं। पाजी कहाँ पे गए? उनको बोलो बहुत यम्मी है। सो गाइस अभी हमारे पास ना चाइनीज प्लेटर आ गया, अब हम इसका भी रिव्यू आपको दिखाते हैं। एक एक उठाओ। सॉस बहुत टेस्टी है इनकी। कौन से सॉस ट्राई करूं? ये करते हैं। लाजवाब, मजा ही आ गया। मजा ही आ गया, मेरे पास वर्ड नहीं है। पाजी बेस्ट है। कैसा है इसका? मजेदार। अभी मैंने सारा कुछ ट्राई कर लिया। इनकी बुलेट फिंगर्स भी बहुत अच्छी हैं, स्प्रिंग रोल्स भी बहुत अच्छे हैं, चीज फिंगर्स चाम्प भी लाजवाब है। ये यहाँ पे रख दो। सो गाइज हमने ना अभी सारा खाना टेस्ट कर लिया है, सब कुछ खा के देख लिया, और इसका रिव्यू हम ये देंगे कि सबसे अच्छा है। यहाँ पे जरूर आना, और चाम्प का ना यहाँ पे बहुत ही अच्छा टेस्ट है। आपको कैसे लगा? स्पेशल इनकी जो जयपुरी चाम्प है वो बहुत टेस्टी है, तो मेरी तरफ से तो 5 में से 5 स्टार है। तो आप भी प्लीज विजिट कीजिए। लोकेशन आपको दोबारा बता देते हैं, ननकाना साहिब स्कूल के पास है, बिल्कुल HP पेट्रोल पंप के बिल्कुल पास है ये। प्रीत फास्ट फूड एंड ढाबा मलेरकोटला रोड है। पूरे रोड के आपको ना ऊपर ही इनका मिल जाएगा। पूरे रोड के ऊपर आपको इनके सारा उनका लगा, पूरे रोड के ऊपर ही है। तो आपको ना विजिट करने में कोई भी वो नहीं होगी, बहुत आसानी से आप इसे ढूंढ लोगे। और चैनल को सब्सक्राइब करें, लाइक करें और शेयर करें, क्योंकि आप सारे वीडियो तो देख रहे हैं लेकिन सब्सक्राइब नहीं कर रहे हैं।